मैं जी दोनों मल्ला आशीर्वाद देने साड़ी सिंध कमेटी मैदान के विच है। सो बहुत वधिया कुश्ती होनी है शम्मी फगवाड़ा ते बग्गा पोटा दोनों मल्ला नू आशीर्वाद दे के फोटो करा के अज सतगुर की अपार कृपा के नाल मल्ला बेटिया की धरती से बहुत ही वधिया ये मुकाबला जिहड़ा है दोनों मल्ला विचकार कराया जा रहा है। सो जिते बहुत वधिया कुश्ती ਅਸੀਂ ਇੱਕ ਬੇਨਤੀ ਦਰਸ਼ਕਾਂ ਸੰਗਤਾਂ ਨੂੰ ਦੱਸ ਦਈਏ ਕਿ ਪਹਿਲਾਂ ਅਸੀਂ ਪੋਸਟਰਾਂ ਦੇ ਵਿੱਚ ਲਾਲੀ ਅੰਮ੍ਰਿਤਸਰ ਤੇ ਕੁਲਵਿੰਦਰ ਭੁੱਟਾ ਅਨਾਉਂਸ ਕੀਤਾ ਸੀ। ਉਹਦੇ ਵਿੱਚ ਲਾਲੀ ਅੰਮ੍ਰਿਤਸਰ ਦੇ ਕੋਈ ਸੱਟ ਲੱਗਣ ਦੇ ਕਾਰਨ ਉਸ ਕੁਸ਼ਤੀ ਮਿਸ ਕੀਤੀ ਗਈ। ਧੰਨਵਾਦ ਆ ਆਪਣੇ ਕਮਲ ਡੂਮਛੇੜੀ ਤੇ ਅੰਮ੍ਰਿਤਸਰ ਤੋਂ ਆਏ ਹੋਏ ਪਹਿਲਵਾਨ ਜਿਹੜੇ ਪੱਕੇ ਲਈ ਲੜਨਗੇ। ਕੁਸ਼ਤੀ ਦੁਆਰਾ ਦੇ ਕੇ ਸਾਨੂੰ ਨਿਹਾਲ ਕੀਤਾ ਕਿਉਂ ਜਿਸ ਵਕਤ ਕੋਈ ਟਾਈਮ ਸਿਰ ਮੱਲ ਦੱਸਦੀ ਗੱਲ ਨਹੀਂ ਸੱਟ ਚੋਟ ਉਸ ਮਾਲਕ ਦੇ ਹੱਥ ਹੈ ਪਰ ਫਿਰ ਵੀ ਸਾਡੇ ਛਿੰਝ ਮੇਲੇ ਨੂੰ ਚਾਰ ਚੰਦ ਲਾ ਕੇ ਰੱਖ ਦਿੱਤੇ ਆ। ਧੰਨਵਾਦ ਹੈ ਬੁੱਧ ਸਿੰਘ ਜੀ ਦਾ। ਲੰਗੋਟੇ ਦੇ ਵਿੱਚ ਸ਼ਮੀ ਫਗਵਾੜਾ ਜੋ ਦੋ ਨੰਬਰ ਦੀ ਬੜੀ ਤਜਰਬੇਕਾਰ ਕੁਸ਼ਤੀ ਹੋਣੀ ਕਿਉਂਕਿ ਸ਼ਮੀ ਵੀ ਪੰਜਾਬ ਦੀਆਂ ਛਿੰਝਾਂ ਦਾ ਸ਼ਿੰਗਾਰ ਕਰਦਾ ਬੜਾ ਤਜਰਬੇਕਾਰ ਪਹਿਲਵਾਨ ਹੈ। ਉੱਪਰੋਂ ਥੱਲਿਓਂ ਹਰ ਪਾਸੇ ਦਾ ਮਾਰ ਕੇ ਕੁਸ਼ਤੀ ਦੇ ਜਿਹੜਾ ਮੇਰਾ ਵੀਰ ਵਧੀਆ ਫੈਸਲੇ ਡਿਸੀਜਨ ਕਰਦਾ ਹੈ। ਸੋ ਸਾਰੇ ਦਰਸ਼ਕ ਵੀਰ ਇਹ ਵੱਡੀਆਂ ਕੁਸ਼ਤੀਆਂ ਦੇਖਣ ਲਈ ਆਏ ਹੈ। ਬਾਕੀ ਜਿਹਨਾਂ ਭਲਵਾਨਾਂ ਨੂੰ ਪਰਚੀਆਂ ਮਿਲ ਗਈਆਂ ਉਹ ਲੰਗੋਟੇ ਲਾਓ, ਜਿਹਨਾਂ ਨੂੰ ਕਾਰਡ ਦਿੱਤੇ ਗਏ ਆ ਉਹਨਾਂ ਦੀਆਂ ਕੁਸ਼ਤੀਆਂ ਹੋਣੀਆਂ। ਬਾਕੀ ਜਿਹੜੇ ਭਲਵਾਨ ਮਗਰ ਘੁੰਮ ਰਹੇ ਆ ਉਹਨਾਂ ਨੂੰ ਬੇਨਤੀ ਆ ਮੇਰੇ ਵੀਰ ਆਪਣੀ ਜਗ੍ਹਾ ਤੇ ਬਹਿ ਜਾਓ ਕਿਉਂਕਿ ਕਮੇਟੀ ਨੇ ਪਹਿਲਾਂ ਬੇਨਤੀ ਕੀਤੀ ਸੀ ਕਿ ਆਪਣੇ ਬਜਟ ਦੇ ਹਿਸਾਬ ਨਾਲ ਹੀ ਕੁਸ਼ਤੀਆਂ ਕਰਾਈਆਂ ਜਾਣੀਆਂ। ਜਦੋਂ ਅਸੀਂ ਖਿਆਲਦੇ ਸੀ ਉਦੋਂ ਤੁਸੀਂ ਨਹੀਂ ਉੱਥੇ। ਹੁਣ ਕਮੇਟੀ ਦੇ ਬਜਟ ਦਾ ਹਿਸਾਬ ਜਿਹੜਾ ਹੈ ਉਹ ਜਿੰਨਾ ਕਿ ਚੱਲਦਾ ਉਹਦੇ ਹਿਸਾਬ ਨਾਲ ਹੀ ਕੁਸ਼ਤੀਆਂ। ਹੁਣ ਤੁਸੀਂ ਕਮੇਟੀ ਦੇ ਮਗਰ ਨਹੀਂ ਭਲਵਾਨੀ ਕਿਹੜਾ ਰੱਖਣਾ। ਸੋ ਇਸ ਸਮੇਂ ਦੋ ਤਿੰਨ ਦਿਨ ਕੁਸ਼ਤੀਆਂ ਮੈਦਾਨ ਦੇ ਵਿੱਚ ਚੱਲ ਰਹੀਆਂ। ਭਲਵਾਨਾਂ ਨੂੰ ਬੇਨਤੀ ਦਾ ਭੇਜ ਮਾਰੋ ਤੇ ਕੁਸ਼ਤੀ ਦੇ ਫੈਸਲੇ ਕਰੋ। ਸੋ ਬੱਗਾ ਪੁੱਟਾ ਤੇ ਇਸ ਸਮੇਂ ਸ਼ਮੀ ਫਗਵਾੜੇ ਦੀ ਦੋ ਨੰਬਰ ਦੀ ਵਧੀਆ ਕੁਸ਼ਤੀ ਮੈਦਾਨ ਦੇ ਵਿੱਚ ਚੱਲ ਰਹੀ ਹੈ। ਤਿਲਕਾ ਬਾਜੀ ਦੀ ਖੇਡ ਹੋਣੀ ਹੈ, ਫੁਰਤੀ ਦੀ ਖੇਡ ਹੋਣੀ ਹੈ, ਚੁਸਤੀ ਦੇ ਮੁਕਾਬਲੇ ਇਸ ਸਮੇਂ ਮੈਦਾਨ ਦੇ ਵਿੱਚ ਹੋ ਰਹੇ ਹੈ। ਸੋ ਜੋਰ ਤੇ ਜਵਾਨੀ ਦੇ ਭੇੜ ਹੈ ਕਿ ਜੋਰ ਤੇ ਜਵਾਨੀ ਕਹਿੰਦੇ ਉਮਰਾਂ ਦੀ ਖੇਡ, ਇਹਦੇ ਵਿੱਚ ਹੁੰਦਾ ਕਹਿੰਦੇ ਸਨ ਵਾਲਾ ਭੇੜ। ਸੋ ਅੱਜ ਬੱਬਰ ਸ਼ੇਰਾਂ ਦੇ ਭੇੜ ਜਿਹੜੇ ਮੈਦਾਨ ਦੇ ਵਿੱਚ ਹੋ ਰਹੇ ਹੈ। ਸੋ ਭਲਵਾਨਾਂ ਨੂੰ ਬੇਨਤੀ ਕਿ ਮਾਰੋ ਦਾਅ ਭੇਜ ਕਰੋ ਫੈਸਲੇ। ਤੁਹਾਨੂੰ ਬੰਗਾ ਜਿੰਨਾ ਸਮਾਂ ਮਿਲਦਾ ਮੇਰੇ ਵੀਰ ਫਟਾਫਟ ਕੁਸ਼ਤੀ ਦੇ ਆਪਾਂ ਫੈਸਲੇ ਜਿਹੜੇ ਹੈ ਉਹ ਕਰੀ ਜਾਣੇ ਹੈ ਤਾਂ ਜੋ ਸਾਰੇ ਭਲਵਾਨਾਂ ਨੂੰ ਜਿਹੜਾ ਮੌਕਾ ਦਿੱਤਾ ਜਾ ਸਕੇ। ਸੋ ਬਹੁਤ ਵਧੀਆ ਕੁਸ਼ਤੀਆਂ ਇਸ ਸਮੇਂ ਮੈਦਾਨ 'ਚ ਚਾਰ ਚੱਲ ਰਹੀਆਂ। ਸਮੇਂ ਸਿਰ ਹੋਰ ਦਸਾਂ 15 ਮਿੰਟਾਂ 'ਚ ਅਸੀਂ ਝੰਡੇ ਦੀ ਕੁਸ਼ਤੀ ਜਿਹੜੀ ਹੈ ਸ਼ੁਰੂ ਕਰਾ ਦੇਣੀ ਹੈ। ਸੋ ਮੈਂ ਮਨੋਹਰ ਪਹਿਲਵਾਨ ਜੀ ਨੂੰ ਬੇਨਤੀ ਕਰਾਂ ਕਿ ਸਮੇਂ ਦਾ ਖਿਆਲ ਤੁਸੀਂ ਆਪ ਰੱਖਣਾ। ਮਨੋਹਰ ਪਹਿਲਵਾਨ ਜੀ ਨੂੰ ਬੇਨਤੀ ਹੈ ਸਿੰਧ ਕਮੇਟੀ ਵੱਲੋਂ, ਕਹਿੰਦੇ ਸਟੇਜ ਤੇ ਆ ਜਾਓ ਜੀ ਹੁਣ, ਕਿਉਂਕਿ ਝੰਡੀ ਦੀ ਕੁਸ਼ਤੀ ਲਈ ਸਮਾਂ ਨਹੀਂ ਬਚਣਾ। ਜਿਸ ਹਿਸਾਬ ਨਾਲ ਕਹਿੰਦੇ ਤੁਸੀਂ ਪਰਚੀਆਂ ਦੇ ਰਹੇ ਆ, ਸੋ ਕਿੰਨੀਆਂ ਕੁ ਕੁਸ਼ਤੀਆਂ ਕਹਿੰਦੇ ਅਸੀਂ ਕਰਾ ਸਕਦੇ ਹਾਂ। ਸੋ ਇੱਧਰ ਵੀ ਦੇਖੋ ਬਹੁਤ ਹੀ ਵਧੀਆ ਬਸ ਚੱਲ ਰਹੀਆਂ। ਇੱਧਰ ਸ਼ਮੀ ਫਗਵਾੜਾ ਤੇ ਬੱਗਾ ਕੁੰਡੇ ਵਾਲੇ ਵੀ ਪੂਰਾ ਜ਼ੋਰ ਲਾ ਰਹੇ ਆ। ਉੱਧਰ ਵੀ ਦੇਖ ਰਹੇ ਕਿ ਮੱਲ ਮਿੰਟਾਂ ਸਕਿੰਟਾਂ 'ਚ, ਬਸ ਕਰੋ ਫੈਸਲੇ ਮੇਰੇ ਵੀਰ, ਕਿਉਂਕਿ ਸਾਰੇ ਮੱਲ ਜਿੰਨੇ ਵੀ ਸਾਡੇ ਸਿੰਘ ਮੇਲੇ 'ਚ ਆਏ ਆਪਾਂ ਸਾਰਿਆਂ ਨੂੰ ਜਿਹੜਾ ਮੌਕਾ ਦਿੱਤਾ ਜਾ ਸਕੇ। ਬਾਕੀ ਭਲਵਾਨ ਸਾਰੇ ਆਪਣੀ ਜਗ੍ਹਾ 'ਤੇ ਮੇਰੇ ਵੀਰ, ਮਗਰ ਨਾ ਘੁੰਮੋ ਹੁਣ। ਹੈਲੋ ਹਰਨੇਕ ਸਿੰਘ,
एक मिनट आई यार रात इतने रहना बेनती करांगा जेड़े कोल्डियां नूं कोल्ले ते बाकी परवान बाहर निकलो मेरा वीर बाहर बैठ के गल कर लो पहलवान जी की कहते यार पार्टी बंद कर दो यार नहीं चलना कम बैठ जाओ समा होगा तो कुश्तियां सारे नहीं करवावे राज नहीं करते पर आ काम थोड़ा कोई तुम तो मेरा ख्याल है गांव छिंजा बंद करवाने की कोशिश करते हैं थोड़ा मान सत्कार है थानू नमस्कार है थोड़े चरणों के पर जाके आप अपनी जगह से बैठो दो दो बार नहीं घोलना भाई दूसरी बार अले खुशी लड़के लगता तू कहते यार न्याणे देखिया माऊ राहुलपुर डब्बा से मनजीत लुधियाना यह भी मैदान कुश्ती जी शुरू हो गई है संदीप के पीले लंगोटे मनजीत लुधियाना चिट्टे लंगोटे माऊ राहुलपुर डब्बा है साढ़े इलाके का परवान है तो देख रहे हैं कि अज लुधियाने के मनजीत के नाल पूरा मुकाबला मैदान च कर रहा है तो इधरले पासे बग्गा शम्मी फगवाड़े की भी बड़ी वधिया कुश्ती जी है मैदान के चल रही है मारो ताबेज करो कुश्ती के फैसले बेनती है साड़ी छिंज कमेटी वालों दोनों तैयार हो गए जगरूप अमृतसर तो कमल डोमछड़ी बस आ चार कुश्तियों के बाद कहते असी झंडी की कुश्ती करवानी है होर कोई कुश्ती नहीं होनी तो साडे मेरे वीर समय का आप ख्याल रखना सारे दर्शक भी दूरों नेड़े चल के आए हैं सो बब्बू बाड़े वाल बिल्कुल तैयार बा तैयार लो जी अपने अज जो इस जोड़ मेले के MLA साहब ने पहुंचना से करीब करीब पहुंचे आ गए हैं उन्होंने भी असं धन्यवाद करना मैं बेनती करना अवतार सिंह नंबरदार जगदीप सिंह वो सड़क के कोल हो जाओ होर भी नाल गुरदयाल सिंह पंच हरपाल सिंह इस समय मैदान च पूरे जोर लग्या पे दोनों पहलवाना का परले पासे भी देखते कि इस समय जिंदर मोहनवाल के नाल बब्बू भी काले रंग के लंगोटे बारो बार वधिया पहलवान है इधर मिठू चौड़ा ते राजू राजपुर डब्बा मारो मेरे वीर आप करो फैसले कुछ कर रहा रखा ढाण के गोडा दूसरे पासे पुट्टा बिलकुल कहते कि खमाणों के लागे बड़ा वधिया खड़ा है जिथों का कलविंदर पुट्टा उत्तों पुट्टा बड़े वधिया पहलवान है इतने देख रहे हैं कि छब्बी फुगाड़े वालों ने पूरी कोशिश की जा रही है कि कुश्ती का जोड़ा है फैसला हार जितने किया जा सके उस चल रही है दोनों मल्लों का इस समय मड़ा कोई जोर लगा पाया
हार कहते हो संभालक ने हक वाली गल है जिसे बहुत ही वधिया सरपंच खन्ना के तीरथ फुगाड़े ने 15 मिनट की कुश्ती दिखाई है उत्थे देखने के 2 नंबर की कुश्ती का फैसला कर ली अजे भी सन्नी फुगाड़े वालों पूरा जोर लगा पाया बत्ता भी इस समय वधिया बचा कर रहा है बहुत ही तगड़ा मुकाबला दोनों मल्लों में रात चल रहा है उधर राजू राजपुर डब्बा के नाल देखते हैं कि इस समय मिठू चौड़े की कुश्ती हो रही है बहुत ही वधिया सो बड़ा फसवा मुकाबला चल रहा है साडे सोहन लाल भलवान जी ने फैसला करना है सो आओ मेरे वीर मंचा स्केटा च बब्बू बाड़ेवाल लबेड़ो सानू समा इजाजत नहीं दे रहा सो कमल डोमचड़ी ते जगरू अंबरसर भी तैयार बस तैयार हो जाओ उन्हां दे तैयार होंदे जिहड़ियां 2-4 कुश्तियां होर है वो असीं फटाफट करा देणियां इत्थे शम्मी फगवाड़े वल्लों भी पूरा जोर लग सके सो बहुत ही वधिया जी मारे तालियां शम्मी फगवाड़े ने कुश्ती जित लई है बड़ा तजर्बेकार पहलवान उत्थे साडे इलाके दा मान श्री मोहन लाल जी बंगा MLA साहब वो भी साडे खेल मेले दे विच पहुंच चुके हैं लाल सरदार बुद्ध सिंह जी तलाकीपुर चेयरमैन मार्केटिंग कमेटी धन्यवाद करते हैं उनके बहुत ही वधिया मुकाबले जिहड़े इस समय मैदान से चल रहे हैं तो उन्होंने आंदे सारे असीं झंडी की वड्डी गिणती जिहड़ी है मैदान साडे इलाके का मान चौधरी मोहन लाल जी बंगा MLA साहब का असीं धन्यवाद करते हैं नाल ही बहुत बहुत धन्यवाद करते हैं सरदार बुद्ध सिंह जी बलाकीपुर चेयरमैन मार्केटिंग कमेटी बंगा उन्हों का भी बहुत बहुत धन्यवाद सरदार कुलदीप सिंह जी उन्हों का भी असीं बहुत बहुत धन्यवाद करते हैं चक बिलगा भी साढ़े खेड मेले के आए हैं सरदार गुरचेतन सिंह जी सरपंच साहब कड़ी अजीत सिंह तो सरदार रणजीत सिंह जी चिंगड़ सारे का असीं बहुत बहुत धन्यवाद करते हैं जो साढ़े खेड मेले च हम हमा के पहुंचे स्टेज का फ्रंट खाली करा दो जो साड़ी कमेटी जी पैसे दे रही है कि साइड से होकर आप भरवाना का मान सम्मान जरा कर दी है स्टेज का सारा फ्रंट जरा मेरे वीर पुलिस मलाइना जी का बेनती है कि स्टेज का फ्रंट खाली करा दो सोहन लाल जी ने बेनती किया 4-5 कुश्तियां करा के झंडी वाले मल्लों आप फटाफट हम मैदान के बुला